ਜਿੱਦਾਂ ਇਹ ਬਲੱਗੜ ਚੌਂਕ ਇਹ ਇੱਕ ਹਰਿਆਣੇ ਦੀ ਗੱਡੀ ਹਰਿਦੁਆਰ ਤੋਂ ਭਰੀ ਆ ਰਹੀ ਸੀ ਖਾਦ ਨਾਲ ਟਰੱਕ। ਇਹ ਇੱਕ ਮਨਪ੍ਰੀਤ ਸਿੰਘ ਸਾਨੂੰ ਈਸਟਮੈਨ ਸਿੰਘ ਪਿੰਡ ਸ਼ਾਂਗਲੇ ਦਾ ਜਵਾਨ ਸੀਗਾ, 28-29 ਸਾਲੇ ਦੀ ਉਮਰ ਸੀਗੀ। ਇਹ ਅੰਮ੍ਰਿਤਸਰ ਤੋਂ ਪਤਾ ਲੱਗਾ ਵੀ ਰਾਤ ਨੂੰ ਸਵਾਰੀਆਂ ਛੱਡ ਕੇ ਸਟੇਸ਼ਨ ਤੋਂ ਵਾਪਸ ਆ ਰਿਹਾ ਸੀਗਾ। ਇਹ ਜਦੋਂ ਆਪਣੇ ਮਿਆਣੀ ਓਵਰਫਲਾਈ ਪੁਲ ਤੋਂ ਉੱਪਰ ਉਤਰਿਆ ਅਤੇ ਅਸੀਂ CCTV ਕੈਮਰਿਆਂ ਵਿੱਚ ਚੈੱਕ ਕੀਤਾ ਅਤੇ 60-65 ਦੀ ਸਪੀਡ ਨਾਲ ਇਹਨੇ ਲਿਆ ਕੇ ਟਰੱਕ ਦੇ ਵਿੱਚ ਰੋਂਗ ਸਾਈਡ ਦੇ ਵਿੱਚ ਲਿਆ ਕੇ ਆਪਣਾ ਆਟੋ ਮਾਰਿਆ ਵਾ, ਜਿਹੜੀ ਇਹਦੇ ਮੌਕੇ 'ਤੇ ਡੈੱਥ ਹੋ ਗਈ ਹੈ। ਜਿਹੜੀ ਡੈੱਡ ਬੋਡੀ ਆ ਸਿਵਲ ਹਸਪਤਾਲ ਮੋਰਚੀ ਵਿੱਚ ਰੱਖ ਦਿੱਤੀ ਗਈ ਆ, ਜਿਹੜੀ ਅਗਲੀ ਕਾਰਵਾਈ ਆ ਤਰਜੀਹ ਅਮਲ ਵਿੱਚ ਲਿਆਈ ਜਾ ਰਹੀ।